عليا هو الذي كفر النبي وجوب خبر ਹੁਣ ਜਿਹਨਾਂ ਚ ਰਾਈ ਮੰਨਦੀ ਤੋ ਕਿਆ ਗਿਣ ਗਿਆ ਵੀ ਮੌਲੀ ਸਾਹਿਬ ਤੈਨੂੰ ਵਾਲਾ ਪੁਲਿਸ ਰਾਤ ਪਾਰ ਕਰਾ ਤੂੰ ਦੀਨ ਦੀ ਹਿਫਾਜ਼ਤ ਕਰ ਦੀਨ ਤੇ ਹਮਲੇ ਕਰ ਰਿਹਾ ਕਾਬੂ ਆਉਂਦੇ ਫਿਰ ਅਸਾਂ ਇਹਦੇ ਚ ਕੋਈ ਦੇਣਾ ਉਹ ਲੈਣਾ ਹੈ ਅਲੀ ਉਹ ਨਹੀਂ ਵੀ ਉਹ ਸ਼ਰਫ ਆ ਉਹਦੀ ਗੱਲ ਦੀਨ ਨਹੀਂ ਅਲੀ ਦੀਨ ਆ ਉਹਨੇ ਦੀਨ ਨੂੰ ਥੰਮ ਬਣ ਕੇ ਸਹਾਰਾ ਦਿੱਤਾ ਰਸੂਲਲਾ ਜਦੋਂ ਮੱਕਾ ਛੱਡ ਰਿਹਾ ਸੀ ਉਹ ਹਜ਼ੂਰ ਦੇ ਥਾਂ ਲੇਟਿਆ ਕੌਣ ਸੀ ਉਹ ਕੌਣ ਜਾ ਕੇ ਹਜ਼ੂਰ ਦੇ ਥਾਂ ਬਿਸਤਰ ਤੇ ਲੇਟਿਆ ਸੀ ਉਹ ਬਿਸਤਰ ਜਿਹੜਾ ਕਤਲਗਾਹ ਸੀ ਪਤਾ ਸੀ ਵੀ ਅੱਜ ਇੱਥੇ ਹਮਲਾ ਹੋਣਾ ਹੈ ਸਾਰੇ ਮੱਕੇ ਨੇ ਫੈਸਲਾ ਕਰ ਲਿਆ ਤਲਵਾਰਾਂ ਲੈ ਕੇ ਸਾਰੇ ਕੀਲਿਆਂ ਦੇ ਨੌਜਵਾਨ ਘੇਰ ਲਓ ਹਜ਼ੂਰ ਦਾ ਘਰ ਤੇ ਮਾਰੋ ਤਲਵਾਰਾਂ ਸੁੱਤੇ ਨੂੰ ਮਾਰ ਦਿਓ ਬਈ ਦੇ ਜ਼ਰੀਏ ਹਜ਼ੂਰ ਨੂੰ ਖਬਰ ਮਿਲ ਗਈ ਯਾਰ ਅਲੀ ਨਾਲ ਦੁਸ਼ਮਣੀ ਮੁੱਲ ਲੈ ਲਈ ਤੁਸੀਂ ਜਿੱਤ ਤੋਂ ਬਗੈਰ ਦੀਨ ਨਾ ਹੀ ਕੋਈ ਰਸੂਲਲਾ ਨੇ ਬੁਲਾ ਕੇ ਆਖਿਆ ਕਰੀ ਮੈਨੂੰ ਹੁਕਮ ਹਿਜਰਤ ਦਾ ਹੋ ਗਿਆ ਮੈਂ ਜਾ ਰਿਹਾ ਮਗਰ ਇਸ ਬਿਸਤਰ ਤੇ ਤੂੰ ਸੌਣਾ ਮੇਰੇ ਤਾਂ ਤੂੰ ਸੌਣਾ ਮੇਰੀ ਚਾਦਰ ਪਹਿਨ ਲਾ ਇਹ ਲੋਕ ਇਹੀ ਸਮਝਣ ਦੇ ਰਸੂਲ ਸੁੱਤਾ ਹਜ਼ੂਰ ਦੀ ਚਾਦਰ ਓੜ ਲਈ ਆਪਦੇ ਬਿਸਤਰ ਤੇ ਲੇਟ ਗਈ ਉਹ ਤੇ ਅੱਲਾ ਬਚਾਉਣਾ ਸੀ ਵਰਨਾ ਮਾਰ ਦਿੰਦੇ ਹਰੀ ਗਿਆ ਕਾਫਿਰ ਸਾਰੀ ਰਾਤ ਖੜੇ ਰਹੇ ਰੱਬ ਹਾਨਾ ਵੀ ਆਪ ਬਣਾ ਦਿੰਦਾ ਵਿੱਚ ਅਬੂ ਅੱਲਾ ਵੀ ਉਹਨਾਂ ਦੇ ਨਾਲ ਸੀ ਕਾਫਿਰ ਉਹਨੇ ਆਖਿਆ ਮੈਂ ਤੁਹਾਡਾ ਹੈਗਾ ਨਾਲ ਹੀ ਹਾਂ ਮਗਰ ਮੈਂ ਹਾਸ਼ਮੀ ਹਾਂ ਇਹ ਖੂਨ ਆ ਮੇਰਾ ਇਸ ਤੋਂ ਰਾਤ ਤੁਸੀਂ ਅਗਰ ਅੰਦਰ ਘੁਸੇ ਨਾ ਕਿ ਹਜ਼ੂਰ ਦੇ ਨਾਲ ਨਾਲ ਕਿਸੇ ਹੋਰ ਨੂੰ ਨੁਕਸਾਨ ਪਹੁੰਚਿਆ ਮੈਂ ਤੁਹਾਡੇ ਦੁਸ਼ਮਣ ਹੋ ਮੇਰਾ ਤੁਹਾਡਾ ਕੰਮ ਖਤਮ ਹੈ ਮੈਂ ਵੈਰੀ ਹੋਊਂਗਾ ਨਬੀ ਪਾਕ ਨੂੰ ਮਾਰ ਲਓ ਮਾਰ ਲਓ ਮੈਂ ਤੁਹਾਡੇ ਨਾਲ ਹਾਂ ਮਗਰ ਹਜ਼ੂਰ ਕਿਸੇ ਹੋਰ ਕਿਸੇ ਨੂੰ ਮੈਂ ਨਹੀਂ ਛੱਡਣਾ ਇਸ ਪਾਰੋਂ ਅਡੀਕਦੇ ਰਹਿ ਦਿਨ ਚੜੇ ਵੇਖ ਕੇ ਮਾਰਾਂ ਬਹਾਨਾ ਅਬੂ ਲਾ ਵੀ ਬਣ ਗਿਆ ਉਹ ਰਾਤ ਲਗਾਉਂਦੇ ਰਹਿ ਰਸੂਲਾ ਨਿਕਲ ਗਏ ਅਲੀ ਸੁੱਤਾ ਰਹੇ ਸਵੇਰੇ ਜਦੋਂ ਜਾ ਕੇ ਉਠਾਇਆ ਤੇ ਵੇਖਿਆ ਰੋਸ਼ਨੀ ਸੀ ਅਲੀ ਤੇ ਫੜ ਕੇ ਕਿਚਨ ਧੋਣ ਲੱਗੇ ਕਿੱਥੇ ਆ ਮੁਹੰਮਦ ਰਸੂਲਾ ਸਰਦਰਮ ਫਿਰ ਕੀ ਕਹਿਣਾ ਸੀ ਹੱਡੂ ਕੇ ਕਰੀ ਬਹਿ ਗਏ ਤੇ ਅਲੀ ਉਸ ਦਿਨ ਵੀ ਹਜ਼ੂਰ ਦਿੱਤਾ ਔਰ ਉਸ ਦਿਨ ਵੀ ਤੁਸੀਂ ਖੁਤਬੇ ਸੁਣਿਆ ਤੇ ਰਸੂਲਾ ਜ਼ਖਮੀ ਹੋ ਗਿਆ ਤੇ ਜਿਹਨੇ ਪਾਣੀ ਲਿਆਂਦਾ ਢਾਲ ਤੇ ਆਪ ਦੇ ਜ਼ਖਮ ਨੂੰ ਧੋਤਾ ਤੇ ਫਾਤਮਾ ਨੇ ਉਹਨੂੰ ਧੋ ਕੇ ਦਿੱਤੇ ਰਾਤ ਮਰੀ ਉਹ ਵੀ ਰਸੂਲ ਤੇ ਰਸੂਲ ਦਾ ਬੱਚੇ ਭਾਈ ਤੇ ਬੇਟੀ ਕਈ ਬੁਖਾਰੀ ਤੇ ਇਸ ਤੋਂ ਹੁਣ ਐਸੀ ਗੱਲ ਹੈ ਅਸੀਂ ਆਖੀਏ ਚਲੋ ਜੀ ਇਹਨਾਂ ਦਾ ਅਸੀਂ ਕੀ ਲੈਣਾ ਨਹੀਂ ਇਹ ਦੀਨ ਹੀ ਨਹੀਂ ਸਰ ਅਸੀਂ ਪੜ੍ਹ ਸਕਦੇ ਅਸੀਂ ਹਜ਼ੂਰ ਦੀ ਜ਼ਿੰਦਗੀ ਕੀ ਪੜ੍ਹਨੀ ਹੈ ਜਦੋਂ ਵਿੱਚੋਂ ਅਲੀ ਔਰ ਫਾਤਮਾ ਨਿਕਲਦੇ ਹਰ ਜਗ੍ਹਾ ਤੋਂ ਹੁੰਦੇ ਆ ਇਸ ਤੋਂ ਇਹ ਐਸੀ ਗੱਲ ਨਹੀਂ ਵੀ ਜਿਹੜੀ ਤੁਹਾਡੀਆਂ ਨਾ ਗੱਲਾਂ ਨਾ ਨਾ ਵੀ ਛੱਡੋ ਜੀ ਕੀ ਲੈਣਾ ਛੱਡ ਜਿਓ ਤੁਹਾਨੂੰ ਨਹੀਂ ਦੀਨ ਚਾਹੀਦਾ ਤੇ ਨਾ ਕਰੋ ਇਹ ਦੀਨ ਆ ਕੁਰਾਨ ਆ ਹਦੀਸਾਂ ਚ ਜ਼ਿਕਰ ਆ ਇਹ ਜ਼ਿਕਰ ਮੁੱਕਣਾ ਕੋਈ ਬਿਲਕੁਲ ਇਹਦਾ ਬਿਆਨ ਹੋਣਾ ਹੈ